ਹਾਂਜੀ ਤੇ ਚੱਲੇ ਆ ਹੁਣ ਵਿਆਹ ਵਾਲੇ ਮੁੰਡੇ ਦੇ ਘਰੇ ਕਿਉਂਕਿ ਉੱਥੇ ਡੈਕੋਰੇਸ਼ਨ ਕਰਾਉਣੀ ਹੈ ਤੇ ਥੋੜਾ ਜਿਹਾ ਕਾਰੋਬਾਰ ਜਿਹਾ ਉੱਥੇ ਜਿਹੜਾ ਨੇ ਹੋਰ ਕੰਮ ਨਿੱਕੇ ਮੋਟੇ ਜਿਹੜੇ ਹਰ ਕਰਨ ਵਾਲੇ ਨੇ ਤੇ ਉਹ ਸਾਰੇ ਮਹਾਂ ਜਾ ਕੇ ਇੱਕ ਵਾਰੀ ਚੈੱਕ ਕਰ ਲਈਏ ਤੇ ਨਾਲੇ ਕਰਵਾ ਦਈਏ ਵੀ ਨਾਲ ਮਦਦ ਹੋ ਜਾਊਗੀ ਟੋਕਰਾ ਟਾਕਰਾ ਬਣਵਾ ਕੇ ਲਾਉਣਾ ਜੇ ਪਾਣੀ ਪਾਣੀ ਲੈ ਕੇ ਆਉਣਾ ਆ ਤੇ ਕੋਕ ਦੀਆਂ ਦੋ ਪੇਟੀਆਂ ਲੈ ਕੇ ਆਉਣੀਆਂ ਹੋਰ ਸਮਾਨ ਕਹਿੰਦਾ ਲੈ ਕੇ ਆਉਣਾ ਤੇ ਮੈਂ ਕਿਹਾ ਚਲੋ ਨਾਲ ਉਹਦੇ ਹੈਲਪ ਜਿਹੜੀ ਆਪਾਂ ਉਹ ਕਰਵਾ ਦਿੰਦੇ ਹਾਂ ਮੈਂ ਵੀ ਇੱਧਰ ਹਲਵਾਈ ਲੱਗ ਗਏ ਬਹਿ ਜਾ ਬਹਿ ਜਾ ਕਰਾਤੀ ਆ ਤੇ ਇੱਥੇ ਆ ਟੈਂਟ ਵਗੈਰਾ ਜਿਹੜਾ ਇਹ ਲੱਗਣ ਡਿਆ ਆ ਸਾਰਾ ਹੀ ਸਿਸਟਮ ਘੈਂਟ ਹਾਂਜੀ ਹੁਣ ਹੁਣ ਆਪਾਂ ਚੱਲੇ ਹਾਂ ਟੋਕਰਾ ਬਣਵਾਉਣ ਵਾਸਤੇ ਜਿਹੜਾ ਤੁਹਾਨੂੰ ਦੱਸਿਆ ਸੀਗਾ ਕੰਮ ਜਿਹੜਾ ਜ਼ਰੂਰੀ ਆ ਮੈਂ ਚੱਲ ਉਹ ਭਰਾ ਦੇ ਨਾਲ ਕਰਵਾ ਦਈਏ ਯਾਰ ਅਤੇ ਨਾਲੇ ਕੋਕ ਲਿਮਕਾ ਅਤੇ ਫੈਂਟਾ ਡਿਊ ਇਹ ਚੀਜ਼ਾਂ ਜਿਹੜੀਆਂ ਲੈ ਆਉਂਦੇ ਜਾ ਕੇ ਇਹ ਵੀ ਲਿਆਉਣ ਵਾਲੀਆਂ ਨੇ ਅਤੇ ਇੱਕ ਅੱਧੀ ਵਰਾਇਟੀ ਹੋਰ ਹੈ ਇੱਕ ਅੱਧੀ ਪਤਾ ਨਹੀਂ ਕਿਹੜੀ ਹੋਰ ਵਰਾਇਟੀ ਹੈ ਪਾਣੀ ਹੈ ਨਾ ਪਾਣੀ ਦੀਆਂ ਕਿੰਨੀਆਂ ਪੇਟੀਆਂ ਲਿਆਉਣੀਆਂ 30 ਪੇਟੀਆਂ ਪਾਣੀ ਲਿਆਉਣਾ ਹੈ ਅਤੇ ਉਹ ਇੱਥੇ ਲੋਕਲੀ ਫੜਦੇ ਨੇ ਉਹਨਾਂ ਲਾਗੂ ਹੀ ਆਪਾਂ ਹਾਂ ਠੀਕ ਆ ਅਤੇ ਚੱਲੇ ਹਾਂ ਅਸੀਂ ਇੱਥੇ ਪਹੁੰਚ ਗਏ ਇੱਥੇ ਹੁਣ ਇਹਨਾਂ ਨੇ ਟੋਕਰਾ ਜਿਹੜਾ ਨਹੀਂ ਉਹ ਬਣਵਾ ਦਿੰਦੇ ਹਾਂ ਇੱਥੇ ਵਾਕਫ ਹੈਗਾ ਭਰਾ ਆਪਣਾ ਇੱਕ ਬੜਾ ਖਾਸ ਬੱਸ ਸਟੈਂਡ ਦੇ ਬੈਕ ਸਾਈਡ ਆਏ ਹਾਂ ਮੈਂ ਮੰਡੀ ਅਜੇ ਉਨੀ ਖੁੱਲ੍ਹੀ ਨਹੀਂ ਹੈ ਹੈ ਨਾ ਪਤਾ ਨਹੀਂ ਹੁਣ ਬੰਦਾ ਅਜੇ ਆਇਆ ਕਿ ਨਹੀਂ ਆਇਆ ਹੁਣ ਰੱਬ ਜਾਣਦਾ ਜੀ ਲੈ ਵੀ ਟੋਕਰਾ ਜਿਹੜਾ ਨਹੀਂ ਉਹ ਬਣਾਉਣਾ ਕਰਦਾ ਸ਼ੁਰੂ ਆ ਵੇਲਾ ਤਰਬੂਜ ਪਾ ਦਿੱਤਾ ਕਿ ਕਿਹੜਾ ਤਕੜਾ ਵੇਲਾ ਇਹਦੇ ਵਿੱਚ ਹੌਲੀ ਹੌਲੀ ਸਾਰੀਆਂ ਵਰਾਇਟੀਆਂ ਪੈ ਗਈਆਂ ਅਤੇ ਲੈ ਟੋਕਰਾ ਵੇਖੀ ਉਹਨੇ ਧੁੰਦ ਕਰ ਦੇਣਾ ਇਹਨਾਂ ਨੇ ਨਹੀਂ ਲੈ ਵੀ ਸੇਬ ਸੂਬ ਬਾਈ ਹੋਣਾ ਲਾ ਤੇ ਤੈਅ ਕਰਕੇ ਲੈ ਵੀ ਲੈ ਵੀ ਆ ਗਿਫਟ ਜਿਹੜੇ ਨੇ ਅਸੀਂ ਸੋਚਿਆ ਵੀ ਪਾ ਲਈਏ ਨਾਲ ਵੀਰ ਕਹਿੰਦਾ ਜੋੜੀ ਡਾਈਪਰਾਂ ਦੀ ਮੰਮ ਆਹ ਵੇਖ ਲਓ ਜੀ ਭਾਅ ਉਹਨਾਂ ਨੇ ਟਮਾਟਰ ਵੀ ਪਾਤੇ ਵਿੱਚ ਟਮਾਟਰ ਨਹੀਂ ਹੈ ਇਹ ਜਪਾਨੀ ਫਲ ਆ ਜਿਹਦੇ ਸੈੱਲ ਘੜੇ ਹੋਣਗੇ ਉਹ ਡਰੈਗਨ ਚੁੱਪ ਕਰਕੇ ਫੜ ਕੇ ਖਾ ਲਏ ਠੀਕ ਆ ਡਰੈਗਨ ਲੈ ਵੀ ਟੋਕਰਾ ਤਾਂ ਬਾਈ ਨੇ ਸਜਾਤਾ ਹੋਰ ਵੀ ਸਜਾਉਣਾ ਅਜੇ ਇੱਧਰ ਸਾਈਡ ਲਾ ਦੂਗਾ ਟੋਕਰੇ ਵਾਲਾ ਕੰਮ ਤਾਂ ਕਰਤਾ ਆਪਾਂ ਠੀਕ ਆ ਨਾਲ ਛੋਕਾ ਵੀਰ ਟਾਈਮ ਕੱਢ ਕੇ ਹੁਣ ਆਏ ਹਾਂ ਵੀ ਕੋਕ ਲਿਮਕਾ ਲੈਣ ਵਾਸਤੇ ਇੱਥੇ ਤਾਂ ਨਾਲੇ ਪਾਣੀ ਜਿਹੜਾ ਨਹੀਂ ਪਾਣੀ ਮਿਲਿਆ ਆਪਾਂ 78 ਰੁਪਏ ਪੇਟੀ ਅਤੇ ਦੂਜਾ ਕੋਕ ਪਤਾ ਨਹੀਂ ਕੀ ਲਾਉਂਦੇ ਜੇ ਲਿਮਕਾ ਲਿਮਕਾ ਜਿਹੜਾ ਮਿਕਸ ਆ ਉਹ ਪਤਾ ਨਹੀਂ ਕੀ ਲਾਉਂਦੇ ਆ ਵੀ ਕਹਿੰਦੇ ਕੋਈ ਨਾ ਵੀ ਲਾ ਦਿੰਦੇ ਪਾਣੀ ਚਲੋ ਉੱਦਾਂ ਹੋਰ ਆ ਜਗ੍ਹਾ ਤੋਂ ਪਤਾ ਕੀਤਾ ਕੋਈ 40 ਕਹਿੰਦਾ ਕੋਈ 41 ਕਹਿੰਦਾ 40, 41, 42 ਇਹੋ ਰੇਟ ਚੱਲਣ ਡਿਆ ਇੱਥੇ ਰੇਟ ਠੀਕ ਮਿਲਿਆ ਮੈਂ ਚਲੋ ਇੱਥੋਂ ਲੈ ਚੱਲਦੇ ਹੁਣ ਬਹੁਤੇ ਟਾਈਮ ਵੀ ਆਪਣੇ ਕੋਲ ਘੱਟ ਆ ਚਾਹੀਦਾ ਵੀ ਅੱਜ ਆ ਚਾਹੀਦਾ ਵੀ ਇੱਥੇ ਪੌਣੇ ਘੰਟੇ ਦੇ ਵਿੱਚ ਹੋ ਚੱਕ ਨਹੀਂ ਅਤੇ ਬਹੁਤਾ ਫਿਰਨ ਨਾਲੋਂ ਚੰਗਾ ਵੀ ਹੁਣ ਇੱਥੋਂ ਲੈ ਚੱਲਦੇ ਹਾਂ ਹੁਣ ਆਪਾਂ ਇਸ ਟਾਈਮ ਹੈਗੇ ਹਾਂ ਇਹ ਕਾਨੂੰਆਂ ਰੋਡ 'ਤੇ ਇੱਧਰ ਸਿੰਬਲ ਚੌਂਕ ਅਗਲੇ ਬੰਨੇ ਇਹ ਗੁਰਦੁਆਰਾ ਹੋਵੇ ਫਿਰ ਆਰਾਮ ਗੜੀਏ ਜਿਹੜਾ ਨਹੀਂ ਉਹ ਲੱਦ ਲਿਆ ਅਤੇ ਹੁਣ ਕੋਕ ਵੀ ਰੱਖ ਲਈਏ ਮਿਕਸ ਹੀ ਹੈ ਨਾ ਕੰਮ ਦੋ ਫਲੇਵਰ ਚੱਲਣੇ ਹੈ ਨਾ ਭਰਾ ਹੁਣੀ ਆਏ ਡੈਕੋਰੇਸ਼ਨ ਕਰਨ ਵਾਸਤੇ ਬੁਲਾਇਆ ਸੀਗਾ ਅਤੇ ਆਪਣੇ ਬੜੇ ਖਾਸ ਨੇ ਲੈ ਵੀ ਟਾਈਮ ਬੜਾ ਹੋ ਗਿਆ ਜੀ ਸੰਦੀਪ ਕਲਪਣ ਦੀ ਕਹਿੰਦੀ ਮੈਂ ਮੇਕਅਪ ਕਰਾਉਣ ਵਾਸਤੇ ਜਾਣਾ ਆ ਰੈਡੀ ਹੋਣਾ ਕਿੱਥੇ ਚਲੋ ਛੇਤੀ ਕਰੋ ਸਾਰਾ ਸਮਾਨ ਭਰਾਵਾ ਉਹ ਛੱਡ ਕੇ ਆਇਆ ਬੜਾ ਉਹਨਾਂ ਟਾਈਮ ਲਾ ਤਾ ਯਾਰ ਚਲੋ ਚੱਲੀਏ ਹੋਵੇ ਛੇਤੀ ਕਰੋ ਮਠਿਆਈ ਭਰਾਵਾ ਉਹਨੇ ਰੱਖੀ ਗੱਡੀ ਵਿੱਚ ਮੈਂ ਰੱਖ ਕੇ ਆਇਆ ਵਾਂ ਤਾਂ ਹੀ ਵਲੌਗ ਸ਼ੁਰੂ ਕਰ ਲਿਆ ਮੈਂ ਮੈਨੂੰ ਗੁੱਸੇ 'ਚ ਪੈਣਾ ਹੈ ਚੱਲ ਚੱਲੀਏ ਛੇਤੀ ਕਰ ਚੱਲ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਅੱਜ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਪਤਾ ਹੀ ਜਿੱਦਾਂ ਕਿ ਦੋ ਵੀ ਕੰਮ ਚੱਲ ਰਿਹਾ ਵਾ ਅਤੇ ਵਿਆਹ ਆ ਸੰਦੀਪ ਦੀ ਭੈਣ ਦਾ ਯਾਨੀ ਕਿ ਅਤੇ ਆਪੇ ਰਿਸ਼ਤਾ ਕਰਵਾਇਆ ਆ ਡੈਡੀ ਹੋਣਾ ਰਿਸ਼ਤਾ ਕਰਵਾਇਆ ਇੱਥੇ ਅਤੇ ਚਲੋ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਹੈ ਨਾ ਘਰ ਜੋੜਨਾ ਚਾਹੀਦਾ ਕਹਿੰਦੇ ਹੈ ਨਾ ਅਤੇ ਹੁਣ ਸੰਦੀਪ ਚੱਲੀ ਆ ਰੈਡੀ ਹੋਣ ਮੈਨੂੰ ਰਹੀ ਆ ਗੁੱਸੇ 'ਚ ਅਤੇ ਕਹਿੰਦੀ ਵਲੌਗਿੰਗ ਵਲੌਗਿੰਗ ਬੰਦ ਕਰੋ ਅਤੇ ਸਾਰੇ ਜਾਣੀਆਂ ਮੇਰੀਆਂ ਭੈਣਾਂ ਦੱਸੋ ਕਿੱਦਾਂ ਲੱਗ ਰਹੀ ਸੰਦੀਪ ਸੋਹਣੀ ਅਜੇ ਰੈਡੀ ਹੋਣ ਜਾਣਾ ਸੋਚਣ ਹਾਂ ਹਾਏ ਚਲੋ ਮੈਂ ਤੈਨੂੰ ਉੱਥੇ ਰੈਡੀ ਹੋਣ ਵਾਸਤੇ ਛੱਡ ਆਉਣਾ ਵਾ ਆਪੇ ਜਦੋਂ ਰੈਡੀ ਹੋ ਜੂਗੀ ਨਾ ਉਸ ਤੋਂ ਬਾਅਦ ਮੁੜ ਕੇ ਫਿਰ ਮੈਨੂੰ ਕਾਲ ਕਰ ਦੂਗੀ ਤਾਂ ਮੈਂ ਇਹਨੂੰ ਲੈ ਆਊਂਗਾ ਅੱਜ ਨਵੀਂ ਲੋਕੇਸ਼ਨ 'ਤੇ ਸੰਦੀਪ ਹੋਣੀ ਜਿਹੜੇ ਨੇ ਰੈਡੀ ਹੋਣ ਵਾਸਤੇ ਆਏ ਨੇ ਇੱਧਰ ਅੱਜ ਆਏ ਕਿ ਮੁਰਗੀ ਮਹੱਲੇ ਵਾਲੀ ਸਾਈਡ 'ਤੇ ਪਹੁੰਚ ਕੇ ਸਲੂਨ ਦੇ ਵਿੱਚ ਮੈਂ ਤਾਂ ਇੱਧਰ ਚੁਬਾ ਕੇ ਬੈਠ ਗਿਆ ਹੁਣ ਸੰਦੀਪ ਨੂੰ ਲੱਗਣੇ ਰੈਡੀ ਕਰਨ ਅਤੇ ਮੈਂ ਜਲਦੀ ਜਾਣਾ ਹੈ ਵਾਪਸ ਮੈਂ ਮੁੰਡੇ ਦੇ ਮਤਲਬ ਵਿਆਹ ਵਾਲੇ ਦੇ ਪੱਗ ਬੰਨਣੀ ਮੈਂ ਇਸ ਕਰਕੇ ਜਲਦੀ ਜਾਣਾ ਵਾਪਸ ਸੰਦੀਪ ਨੂੰ ਫਿਰ ਮੈਂ ਅੱਧੇ ਪੌਣੇ ਘੰਟੇ ਤੱਕ ਜਿਹੜਾ ਨਹੀਂ ਇੱਥੋਂ ਲੈ ਜਾਵਾਂਗਾ ਅਤੇ ਦੀਦੀ ਹੋਣਾ ਤਾਂ ਕੀ ਵਰਕ ਹੈ ਚਲੋ ਉਹ ਆਪਾਂ ਤੁਹਾਨੂੰ ਫਿਲਹਾਲ ਦਿਖਾ ਦਿੰਦੇ ਹਾਂ ਅਤੇ ਜੇ ਤੁਹਾਨੂੰ ਮੇਕਅਪ ਵਧੀਆ ਲੱਗੇ ਤਾਂ ਤੁਸੀਂ ਇਹਨਾਂ ਦੇ ਕੋਲ ਵਿਜ਼ਿਟ ਵੀ ਕਰ ਸਕਦੇ ਅਤੇ ਜਿਹੜਾ ਇਹਨਾਂ ਦਾ ਕਾਰਡ ਆ ਉਹ ਮੈਂ ਜ਼ਰੂਰ ਮੈਨਸ਼ਨ ਕਰ ਦਿੰਦਾ ਨਹੀਂ ਚਾਹ ਰਹਿਣ ਦੇਣੀ ਮੈਂ ਸਗੋਂ ਜਾਣਾ ਮੈਂ ਨਾ ਉਹ ਤੁਹਾਨੂੰ ਦੱਸਣਾ ਮੈਨੂੰ ਖੇਚਲ ਬੜੀ ਮੈਂ ਉਹ ਵਿਆਹ ਵਾਲੇ ਮੁੰਡੇ ਦੇ ਜੇ ਪੱਗ ਬੰਨਣੀ ਜਾ ਕੇ ਉਹ ਮੈਨੂੰ ਕਹਿੰਦਾ ਭਾਅ ਜੀ ਆ ਜਾਓ ਛੇਤੀ ਮੈਂ ਉਹਨਾਂ ਤੇਰੇ ਕੋਲ 10 ਮਿੰਟ 'ਚ ਨਹੀਂ
दीदी हुणा दे इधर ना स्टूडेंट वगैरह भी आते हैं तुहानू उन्हां दे नाल ही मिलाउंदे आ उधर कहिंदे आ वी वर्क कर रहे ने बच्चे सारे इधर चल रहा नेल दा काम आओ तुहानू आपां अंदर लैक चलदे आ देखो बच्चे सारे जिहड़े ने आपां अपना वर्क कर रहे ने करा रही है मेकअप मैं उन्हें तो चाह पीनी है चलो आप चाह पीए चाह कैंट है दीप तो हो रही हूँ रेडी मैनू जाना पैना छेती राजू का आया वा फोन उधर सुमनी साहब का पाठ रखाया वा तो भी भोग पैन वाले तो बाबा जी कहते भी अपने कोल बहना पैना वा जल्दी जल्दी तो पग बनवा ला तो हूँ मैं वो लगा पग बन हो दस पंद्रह मिनट के चलिया बस मैं भी राजू के जड़ी दस्तार बन दिया है मैं तो बहुत सोहनी बजी हाँ पगा पी मतलब नहीं तरौका देता है मैनू मेरे में नहीं मुश्किल वधिया लगी सोहना लगन लग पाया चलो बधाइया भाई मैं पल पल तो तेन बधाई देनी राजू हूँ मैं राजू ने छड आई घरे हूँ अपने रेडी हो जाइए राजू ने तो मैं छड आया तो हूँ मैं लगा है पग बन तो पग बन के सो मिलदी तुम आप हो गया हूँ रेडी तो पग किमें लग रही है वैसे तो मैंने तो चलो सोहनी लगी है भी पर फिर भी तुम भी दस्यो सारे जने तो हूँ संदीप नूं लाउंदे आ कॉल तो शायद वह भी रेडी हो गया हूँ भी उधरों मैनू उधरों भी फोन आ गया वा तो भी सगन जिहड़ा नहीं लाउण वास्ते उधरों लवली हुणी जिहड़े वह भी आ रहे हैं बस उधरों तुर पए ने वेर के लागे आ गए ने तो इन्हां नूं मैं हुण दस दवां भी वह पहुँचने वाले अद्धे घंटे दे विच तुसीं अपना माल मटीरियल जिहड़ा फिर रेडी कर लो जी कुड़ियां रहिणी आ वाला सूट पावांगे मम्मी हुण रेडी हुणी मम्मी जिहड़े ने रेडी कर लवांगे हर दिन क्योंकि हुण संदीप ते गई हुई है मैं चलो जिहड़ा टाइम बच जाए उही सही कि तुसीं कहिंदे मर्जी पा दो यार दिक्कत कोई आख्या जो मर्जी ना डेकोरेशन भी बड़ी वधिया की है तो जे तुहानू डेकोरेशन वगैरह जी पसंद आई होगी जो वधिया लगी क्योंकि वो नॉर्मल जी अज मैं उत्थे नॉर्मल करवाई बिल्कुल सिंपल ही तो इतों हाई लैवल का भी कम है भाजी होना का मतलब बर्थडे फंक्शन के भी जो मतलब गुब्बारे की डेकोरेशन करनी वो भी करते हैं डीजे का काम भी है भाजी होना का ठीक है तो तुम सो इन्हों कॉन्टैक्ट कर सकते बड़ा जैनवन जहा रेट है वे ठीक है तुम रेट भी कन्फर्म कर सकते पहले बारहों रेट पता करे तो फिर इन्हों का पता करे क्योंकि मेरे अपने खास बंदे ने मैं चंगी तरह गलबात कर रहा नहीं तो जे प्रमोशन वाला काम होता फिर मैं हूँ माड़ा मोटा काम करके तो गल लांबे मारना मैंने आह चीज़ इदा जी इदा है ठीक है मेरे अपने खास ने तो रेट भी बड़ा जैनवन जहाँ तुम पहला रेट पता करो तो फिर जी बुकिंग करवाया मैं यही कहता तुम बुकिंग इन्ना कोई करवाओ तो काम भी बड़ा घेंट है ठीक है इतने तो मैं फिलहाल सिंपल काम करवाया इन्होंने को तो मैं नंबर तो इन्हों की आई डी जी वो मैनशन कर दिना ठीक है इंस्टाग्राम की लाइटिंग का भी काम है जो लड़ियाँ वगैरह होर लाइटिंग किसी भी तरह की करवानी वो भी करते हैं बहुत घेंट काम आओ जी तुहानू हुण आपां अपनी हरगुण दे नाल मिलाउने आ हाँ जी सोने गागरे बहुत ही ज्यादा हाँ यो रहन दो ये रहन दो नवीं भी है पर सोहनिया लगियां वैसे ਕਿੰਨੀ ਸੋਹਣੀ ਖੇਡਣ ਦੀ ਕਿਹੋ ਵਾਲੀ ਨਜ਼ਰ ਲੱਗ ਜਾਂਦੀ ਹੈ ਨਾ ਵਾਹਿਗੁਰੂ ਕਰਦੀ ਹੈ ਹੈ ਹਾਂ ਵਾਹਿਗੁਰੂ ਵਾਹਿਗੁਰੂ ਕਰੋ ਵਾਹਿਗੁਰੂ 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 ਡੈਡੀ ਖੰਡੇ ਝੁੱਲਣ ਦੀ ਨਾਲ ਨਾਲ ਵੇਲਾ ਵਾਹਿਗੁਰੂ 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 संदीप ने जिहड़ा नहीं वो ले आवां उन्हां दा फोन आया मैनूं कहिंदे मैं रेडी हो गई हां मैं पहुंच गया सिंबल चौंक इत्थे सीधा ही जाना जी मतलब किसी ने मेकअप करवाना वा ना जे तुहानूं इन्हां दा मेकअप जे पसंद आऊगा तो यह सिंबल चौंक आ सिंबल चौंक तो आपां नूं सीधा जाना है ये हैगी कानूआ रोड जिधरों मैं आ रहा पिछों ठीक है ये चल जाता वा गुरदासपुर यह चल जाता अमृतसर में तो आप जाना सीधा मुर्गी महल इधर अगे ठीक है तो अगों हूँ मैं तुम्हें दसदा हाँ आप मुड़ के सीधा आन के उतों चौंक चौं मुड़ के फिर आ चौंक आता आप सीधे नहीं जाना आप मुड़ जाना नाल ही तो इतों थोड़ा जहा मतलब आप अगे जाना है ठीक है
ਤੇ ਆਹ ਗਲੀ ਦੇ ਵਿੱਚ ਆਪ ਲਿਖਿਆ ਹੈ ਨਾ ਆਪਾਂ ਨੂੰ ਤਾਂ ਇੰਗਲਿਸ਼ ਜਿਹੜੀ ਘੱਟ ਹੀ ਆਉਂਦੀ ਆ ਆਹ ਦੇਖੋ ਇਸ ਗਲੀ ਦੇ ਵਿੱਚ ਲਾਸਟ 'ਤੇ ਜਾ ਕੇ ਘਰ ਆ ਠੀਕ ਆ ਆਹ ਗੇਟ ਆ ਠੀਕ ਆ ਤੁਸੀਂ ਪਹਿਚਾਣ ਲਿਓ ਠੀਕ ਹੈ ਗਲੀ ਦੇ ਵਿੱਚ ਜਾ ਕੇ ਲੈ ਵੀ ਬਹੁਤ ਸੋਹਣਾ ਥੈਂਕ ਯੂ ਦੀਦੀ ਲੈ ਵੀ ਐਂਡ ਗੱਲਬਾਤ ਹੁਣ ਲੱਗੇ ਇੱਕ ਰੀਲ ਸ਼ੂਟ ਕਰਨ ਭਾਅ ਜੀ ਹੋਣੀ ਬਹੁਤ ਸੋਹਣਾ ਸੇਮ ਉੱਦਾਂ ਹੀ ਕਰਨਾ ਜੀ ਦੇਖਿਓ ਲੈਫਟ ਦੇਖਿਓ ਸਿੱਧਾ ਦੇਖਿਓ ਰਾਈਟ ਹੁਣ ਜ਼ੋਰ ਜ਼ੋਰ 'ਚ ਘੁੰਮੀ ਜਾ ਦੇਖਿਓ ਕਰ ਦਿਓ ਕਰ ਦਿਓ चलो तुम ला दो ला दो ला दो हां कार्ड मैं प्रोपर दिखाता ठीक है ਲਾਈ ਸੰਦੀਪ ਨੂੰ ਤੇ ਐਵੇਂ ਆਖਾਂ ਵੀ ਬਹੁਤ ਸੋਹਣਾ ਰੈਡੀ ਕੀਤਾ ਯਾਰ 100 ਦੇ ਵਿੱਚ 100% ਜਿਹੜੇ ਨਹੀਂ ਨੰਬਰ ਦਿੱਤੇ ਜਾਣਗੇ ਵੈਸੇ ਦੀਦੀ ਨੇ ਯਾਰ ਬਹੁਤ ਪਿਆਰਾ ਰੈਡੀ ਕੀਤਾ ਹਨਾ ਇਹ ਗੱਲ ਮੈਨੂੰ ਵੀ ਮੇਕਅਪ ਯਾਰ ਬਹੁਤ ਆਪਣਾ ਜਿਹਨੂੰ ਕਹਿੰਦੇ ਪਸੰਦ ਆਇਆ ਨਹੀਂ ਤੇ ਬਹੁਤ ਜ਼ਿਆਦਾ ਨੇਚਰ ਵੀ ਬਹੁਤ ਵਧੀਆ ਯਾਰ ਐਵੇਂ ਆਖੀ ਬਹੁਤ ਘੈਂਟ ਹੱਸ ਮੁੱਕੇ ਗਏ ਜਿਹੜਾ ਉਹ ਆਪਾਂ ਪਹੁੰਚ ਗਏ ਆ ਹੁਣ ਤੇ ਸੰਦੀਪ ਹੁਣ ਜੁੱਤੀ ਪਾਉਣ ਦੇ ਹੀ ਆ फिर प्या दने एक बारी ठीक है लै भी चिड़िया राणी लाता है रोन डई हां चिड़िया रानी दूर नी वैसे डैडी जी भी उधर जो कुड़ी वाले है ना वह भी आ गए उन्होंने आप वेट कर रहे मैं उन्होंने पहला पिछे खिला रहा है मैं तीन खिलो जो पर हम प्रबंध जो ओके है पूरा जो आ अगे तो प्रबंध सारा हो गया वा उधरों आ गए ने गैसट अपने जेडे हांजी नानू को गए जी किदा गद्दे ते बैठे जी कि हांजी नानी को नहीं जाना नानी कितने पुछो है लै अपनी पूरी फैमिली लो भी एंट्री तो हो गई हूँ डेकोरेशन जी मैं तुम दस मैं करवानी है तो आ सिंपल करवाई है देख सकते हो तुम फिलहाल ये मौके पर सिस्टम सारा इधर स्टॉल भी लगी हुई है इधर बहन का प्रोग्राम किया इधर साइड सत श्रीकाल लै भी कुड़ी वेला आ नहीं डी बहर आज आज सोफे तो बहाल दें एक रूम है खाली इतने बहाल लेने होर की है उधर घर जाना मैं कोई दिक्कत नहीं है पर उधर थोड़ा दूर पा आज 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 जो अपने शाह जी नाल ना फिर किसी चीज का डर नहीं होता घेरा पै गया मेरे बरेओ घेरा पै गया yeah. चुन्नी नहीं सैट आन डी भी है लगन फिर अज पूरा तुम्हें भरा भरा चन ले अज तो मैं तेरिया तेज उंगलों के उजा होनी भी चाहिए तेरिया भी तो एक दिन है ना टाइम टाइम की गल अच मेरा गल तेरा वेलो गल आज मैं बहुते खाने ने मैं तेरे ने एक पीस खा के बस ला जिन्होंने खाने इस वाला कद मार दे भी लै भी तुम खा ला कद
लगी है हुन अरदास बेनती अरदास लगी हुन ਅੰਗਲੀ ਥਾਲ ਦੇ ਤੇ ਰਮਾਲ ਪਾ ਕੇ ਨਾ ਝੋਲੀ ਚ ਰੱਖੋ ਨਾਲ ਹਾਂਜੀ ਉੱਪਰ ਸਗਾ ਦਾ ਦੋ ਚਾਚਾ ਜੀ ਉਹ ਲੱਗੇ ਬੈਠੇ ਰਾਜੂ ਜੀ ਫੜੋ ਤੁਸੀਂ ਆ ਥੱਕੋ ਅੰਗਲੇ ਦੇ ਸਾਹਮਣੇ ਦੇਖੋ ਹੱਥ ਉੱਪਰ ਕੱਢੋ ਜਿਹੜਾ ਨਜ਼ਰ ਆਏ ਉੱਪਰ ਅੰਕਲ ਦੇਖਿਓ ਤੁਸੀਂ ਸਾਹਮਣੇ ਠੀਕ ਹੈ ਜੀ ਝੋਲੀ ਜਿਹੜਾ ਲੋ ਸਾਹਮਣੇ ਦੇਖੋ ਇਸ ਤਰ੍ਹਾਂ देखो सामने उंगलां राजू दियां आ कुड़ी ने बड़ा ता ता कर दी ना की बाय 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 मम्मी जी मम्मी उधर ਸੁਖਮਨ ਸਾਹਿਬ ਜੀ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਸਾਰੇ ਪਰਿਵਾਰ ਲੱਗੂਗਾ ਆਪਣੀ ਭੈਣ ਨੂੰ ਸਗਨ ਉਹਨੂੰ ਤਾਂ ਲੱਗ ਗਿਆ ਭਰਾ ਨੂੰ ਤਾਂ ਲੱਗ ਗਿਆ ਵਾ ਚਲੋ ਸੰਦੀਪ ਡਈ ਹੁਣ ਮਾਰੋ ਮਾਰ ਲਾ ਦੋ ਕੋਈ ਟੋਟੇ ਦੇ ਨਾ ਸੂਆ ਲਾ ਦੋ ਲਾ ਦੋ ਤਾਂ ਵੀ ਆਪਾਂ ਤਾਂ ਹੋਏ ਆ ਹੁਣ ਸੰਦੀਪ ਹੁਣਾਂ ਦੀ ਵਾਰੀ ਆਹ ਕੁੜੀ ਨੇ ਵਧੀਆ ਫੋਟੋ ਨਹੀਂ ਖਿਚਾਉਂਦੀ ਫੋਟੋ ਵਧੀਆ ਖਿਚਾਇਆ ਕਰ ਲੱਗੀ ਸਮ ਮੈਂ ਜੇ ਵੱਡੀ ਦੀ ਫੋਟੋ ਖਿੱਚ ਕੈਮਰਾ ਹਿਲਾ ਦਿਓ ਮੈਂ ਭਾਅ ਜੀ ਫੋਟੋ ਨਾ ਖਿੱਚੋ ਦੀਦੀ ਦੀ ਫੋਟੋ ਨਾ ਖਿੱਚੋ ਹਾਂ
ਰਹਿਣ ਦੇਣੀ ਭਾਜੀ ਫੋਟੋ ਕੈਮਰੇ 'ਚ ਨਹੀਂ ਆਉਣ ਦੇ। ਹਾਂਜੀ ਰਾਜੀ ਫਿਰ ਟੇਸਟ ਆ ਪੂਰੀ ਪੂਰੀ ਘੈਂਟ। ਇਹ ਖਾਣ ਦੇ ਚਕੰਦਰ ਚਕੰਦਰ ਮੈਂ ਤਾਂ ਹੀ ਕਹਦਾ ਮੈਂ ਮੰਮੀ ਕਹਿੰਦੀ ਚਕੰਦਰ ਜੇ ਸ਼ਬੋ ਪ੍ਰਸ਼ਾਦਾ ਸੰਦੀਪ ਦਾ ਵੀ ਲੱਗ ਗਿਆ ਟਾਈਮ। ਅੱਜ ਕੀ ਇੱਕੋ ਖਾਣਾ ਫੁੱਕਾ ਹੈਨੀ ਹੈਨੀ ਮੈਂ ਕਹਿੰਦਾ ਰਾਜੂ ਪੰਨੀ ਕਿੱਧਰ ਚਲ ਗਿਆ ਲੈ ਕੇ ਫੋਟੋ ਸ਼ੂਟ ਚੱਲ ਰਿਹਾ। ਗੱਲੀ ਲੱਗੀ ਹੈ। ਹਾਂਜੀ ਵਧਾਈਆਂ ਬਹੁਤ ਬਹੁਤ ਲੋਹੜੀ ਹੈਂ ਹਾਂ ਪੱਕਾ ਪੱਕਾ ਲੈ ਕੇ ਆਉਣਾ ਲੈ ਕੇ ਅਸੀਂ ਕਹਿੰਦੇ ਰਹਿ ਭਾਗਾ ਹੈਂ ਉਹ ਨਹੀਂ ਉਹ ਬਣਿਆ ਬੱਤਰਿਆ ਉੱਥੋਂ ਲੈ ਲੈਂਦੇ ਆਹੋ ਚੱਲ ਗਏ ਬਾਬਾ ਸਾਰੀਆਂ ਗੱਲਾਂ ਬਾਤਾਂ ਇਕੱਠੀਆਂ ਕੀਤੀਆਂ ਨੇ ਗੱਲਾਂ ਬਾਤਾਂ ਚੱਲਣ ਡੀਆਂ ਨੇ ਮੈਂ ਹਾਂ ਵੇਖ ਬਾਬਾ ਸਾਰੀਆਂ ਗੱਲਾਂ ਬਾਤਾਂ ਇਕੱਠੀਆਂ ਕੀਤੀਆਂ ਨੇ ਗੱਲਾਂ ਬਾਤਾਂ ਚੱਲਣ ਡੀਆਂ ਨੇ ਲੈ ਮੈਂ 5 ਕੁ ਵਜੇ ਨਾਲ ਲੈ ਆਊਂਗਾ 5 ਕੁ ਵਜੇ ਨਾ ਕੋਈ ਗੱਲ ਨਾ ਕੋਈ ਨਾ ਕੋਈ ਨਾ ਹੁਣ ਕਾਹਦੀ ਹੁਣ ਘਰੇ ਆ ਤਾਂ ਗਏ ਹੁਣ ਕਾਹਦੀ। ਸੋ ਜੇ ਅੱਜ ਦਾ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਅਤੇ ਚੈਨਲ ਨੂੰ ਸਾਰੇ ਜਣੇ ਕਰਦੇ ਆ ਸਬਸਕ੍ਰਾਈਬ।